अकाली दल के प्रधान सुखबीर सिंह बादल पंजाब के 100 विधानसभा हल्कों 100 दिन की यात्रा से निकले हुए हैं। इसे दे चलते अज गिद्दरबाह च सुखबीर सिंह बादल वालों रोड शो किया जा रहा है, जिथे किसानों वालों कालिया झंडिया विखा के इस प्रदर्शन को रोकया गया और पुलिस वालों बैरीगेटिंग भी की गई ताकि किसान अगे ना वध सकन। पर किसान पहले दिन तो ही अकाली दल के इस प्रोग्राम का विरोध कर रहे हैं। किसानों वालों ये प्रदर्शन क्यों किया जा रहा है, आओ सुनते हैं श्री मुक्तसर साहिब तो अनमोल सिंह की रिपोर्ट लाइव भारत। ਬਾਈ ਜੀ ਮੈਂ ਬੀ ਕੇ ਯੂ ਰਾਜੇਵਾਲ ਤੋਂ ਲੱਖਾ ਸ਼ਰਮਾ। ਬੇਨਤੀ ਇਹ ਹੈ ਵੀ ਸੁਖਬੀਰ ਬਾਦਲ ਜਾਂ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰਦਾ। ਕੱਲ੍ਹ ਅਸੀਂ ਮਲੋਟ ਮੀਟਿੰਗ ਦੇ ਵਿੱਚ ਸੀ, ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ 5-7 ਸਾਡੇ ਨੁਮਾਇੰਦੇ ਸੀ ਵੱਖ ਵੱਖ ਜਥੇਬੰਦੀਆਂ ਦੇ, ਉੱਥੇ ਕਿਸੇ ਸਵਾਲ ਦਾ ਜਵਾਬ ਨਹੀਂ ਆਇਆ। ਉਲਟਾ ਉਹਨਾਂ ਨੇ ਝੂਠ ਦਾ ਪਲੰਦਾ ਬਣਾਇਆ ਵੀ ਸਾਡੀ ਅੱਜ ਦੋਦੇ ਕਿਸਾਨਾਂ ਨਾਲ ਮੀਟਿੰਗ ਹੈ। ਕਿਸਾਨਾਂ ਨਾਲ ਮੀਟਿੰਗ ਕੋਈ ਨਹੀਂ, ਕਿਸਾਨ ਮੀਟਿੰਗ ਕਰਨੀ, ਕਿਸਾਨ ਉਹਦਾ ਵਿਰੋਧ ਕਰਨ ਆਉਂਦੇ ਆ। ਅਸੀਂ ਉਹਨੂੰ ਪੁੱਛਿਆ ਵੀ ਪਹਿਲਾਂ ਕਾਨੂੰਨ ਚੰਗੇ ਸੀ, ਸਾਰਾ ਟੱਬਰ ਸੋਹਲੇ ਗਾਉਂਦਾ ਸੀ, ਉਹਦਾ ਪਾਸ ਕਰਾਏ, ਹੁਣ ਮਾੜੇ ਕਿਵੇਂ ਹੋ ਗਏ? ਕੋਈ ਜਵਾਬ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਪੁੱਛਿਆ ਵੀ ਜਸਟਿਸ ਜੋਰਾ ਸਿੰਘ ਦਾ ਤੁਸੀਂ ਕਮਿਸ਼ਨ ਆਪ ਬਿਠਾਇਆ ਅਤੇ ਉਹਦੇ ਹੀ ਰਿਪੋਰਟ ਲੈਣ ਵਾਸਤੇ ਤੁਹਾਡੇ ਚੀਫ ਸੈਕਟਰੀ ਨੇ ਉਹਦੀ ਰਿਪੋਰਟ ਨਹੀਂ ਫੜੀ, ਇਸ ਗੱਲ ਦਾ ਵੀ ਜਵਾਬ ਨਹੀਂ ਆਇਆ। ਫਿਰ ਉਹਨਾਂ ਨੂੰ ਪੁੱਛਿਆ ਵੀ ਜਿਹੜਾ BJP ਹੈ, ਪੰਜਾਬ ਦੀ BJP, ਭਾਰਤ ਦੀ BJP, ਇਹਨਾਂ ਨੇ ਸਾਰੇ ਕਾਨੂੰਨ ਪਾਸ ਕਰਾਏ? ਉਹ ਕਹਿੰਦਾ ਹਾਂਜੀ ਕਰਾਏ। ਅਸੀਂ ਕਿਹਾ ਵੀ ਹੁਣ ਉਹਨਾਂ ਨੂੰ ਆਪਦੇ 'ਚ ਰਲਾਈ ਜਾਂਦੇ, ਹੁਣ ਅਕਾਲੀ ਦਲ 'ਚ ਆ ਕੇ ਦੁੱਧ ਧੋਤੇ ਹੋ ਗਏ, ਉਹੀ ਲੀਡਰ, ਸਪੀਚਲੈਸ ਸੀ, ਕਿਸੇ ਗੱਲ ਦਾ ਕੁਛ ਨਹੀਂ। ਲੋਕਾਂ ਨੇ ਜਲੂਸ ਕੱਢਤਾ, ਮੂਹਰੇ ਲਾ ਛੱਡੇ ਆ ਸਾਰੀਆਂ ਰਾਜਨੀਤਿਕ ਪਾਰਟੀਆਂ। ਹੋਰ ਉਹ ਕੀ ਕਹਿਣਗੇ? ਜਿਹੜਾ ਤੁਸੀਂ ਸਵਾਲ ਪੁੱਛਦੇ ਹੋ ਵੀ ਉਹ ਆਖ ਦਿੰਦੇ ਫਲਾਨੀ ਪਾਰਟੀ ਦੇ ਫਲਾਨੀ ਦੇ ਹੈ, ਕਿਤੇ ਨਾ ਕਿਤੇ ਲੋਕਾਂ ਨੇ ਵੋਟਾਂ ਪਾਈਆਂ, ਪਾਉਂਦੇ ਰਹੇ ਹੈ, ਉਹਦੇ 'ਚ ਲੋਕਾਂ ਦਾ ਕੀ ਕਸੂਰ ਹੈ? ਅੱਜ ਕਿਸਾਨ ਹੈ, ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਕਿਸਾਨਾਂ ਨੇ, ਜਥੇਬੰਦੀਆਂ ਨੇ ਕਿਸਾਨਾਂ ਨੂੰ ਜਗਾਇਆ, ਕਿਰਤੀ ਲੋਕਾਂ ਨੂੰ ਜਗਾਇਆ, ਉਹ ਇਹਨਾਂ ਨੂੰ ਘੇਰਦੇ ਆ, ਸਵਾਲ ਪੁੱਛਦੇ ਆ, ਨੌਕਰੀਆਂ ਕਿੱਥੋਂ ਦੇ ਦੇਣਗੇ? ਬਿਜਲੀ ਦਾ ਸਮਝੌਤਾ ਅਕਾਲੀ ਦਲ ਨੇ ਕੀਤਾ, ਦੇਖੇ ਜੀ ਮੈਂ 400 ਯੂਨਿਟ ਮਾਫ਼ ਕਰ ਦੂੰ, ਗੱਲਾਂ ਦਾ ਕੜਾ ਖਵਾਉਂਦੇ ਆ। ਨੌਕਰੀ ਮੰਗਦੇ ਆ ਅਤੇ ਡਾਂਗਾ ਇਹਨਾਂ ਦੇ ਰਾਜ 'ਚ ਵੀ ਫੇਰੀਆਂ, 7-7 ਕਿਲੋ ਦੇ ਸਾਡੇ ਕਾਟੇ ਲੱਗੇ ਆ, ਇੱਥੇ ਸਾਡੇ ਕਿਸਾਨ ਭਰਾ ਖੜ੍ਹੇ ਆ ਜਿਹੜੇ ਇਹਨਾਂ ਦਾ ਝੰਡਾ ਚੱਕੀ ਫਿਰਦੇ ਸੀ, ਉਹਨਾਂ ਦੇ ਵੀ ਕਾਟੇ ਲੱਗੇ, 100-100 ਗੱਟਾ ਮਗਰ 7-7 ਗੱਟੇ ਦਿੱਤੇ ਉਹਨਾਂ ਨੇ। ਇਸ ਕਰਕੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਸਵਾਲ ਪੁੱਛਣੇ ਸੀ, ਉਹਨਾਂ ਦਾ ਹੱਕ ਬਣਦਾ, ਇਹ ਰਾਜਭਾਗ ਪਾਲਦੇ ਆ। ਵਾਰੀ ਵਾਰੀ ਯਾਰ ਕਿਹੜੀ ਸੇਵਾ ਹੈ? ਕਰੂਜ਼ ਚੱਲਦੇ ਇਹਨਾਂ ਦੇ, ਅਰਬਾਂਪਤੀ ਹੋ ਗਏ ਇਹਨਾਂ ਦੇ ਜਿਹੜੇ PA-CA ਵੀ ਹੈ, ਇਹੋ ਜਿਹੀ ਕਿਹੜੀ ਸੇਵਾ? ਮੈਂ ਹੁਣ ਆਖਾਂ ਮੈਂ ਇੱਥੇ ਸੇਵਾ ਕਰਨੀ, ਪਿੰਡ ਵਾਲੇ ਆਖਣ, ਦੋਦੇ ਵਾਲੇ ਵੀ ਬਾਈ ਨਹੀਂ ਸਾਡੇ ਬੰਦੇ ਹੈਗੇ ਆ, ਹੋਰ ਲੋਕ ਸੇਵਾ ਕਰ ਲੈਣਗੇ? ਸੇਵਾ ਦੇ ਨਾਂ 'ਤੇ ਲੋਕਾਂ ਨੂੰ ਕੁੱਟਿਆ, ਲੁੱਟਿਆ, ਲਤਾੜਿਆ ਜਾ ਰਿਹਾ, ਇਹ ਸੇਵਾ ਦੀ ਲੋੜ ਨਹੀਂ। ਲੋਕਾਂ ਨੂੰ ਗੁੰਮਰਾਹ ਨਾ ਕਰਨ, ਕਿਸਾਨਾਂ ਜਥੇਬੰਦੀਆਂ ਦਾ ਜਵਾਬ ਦੇਣ, ਲੋਕ ਇਹਨਾਂ ਨੂੰ ਘੇਰਨਗੇ ਸਾਰੇ ਰਾਜਨੀਤਿਕ। ਕਾਂਗਰਸ ਵਾਲਿਆਂ ਦੀ ਵੀ ਟਾਪ ਲਵਾਈ ਆ, ਝਾੜੂ ਵਾਲਿਆਂ ਦੀ ਵੀ ਲਵਾਵਾਂਗੇ, ਸੁਖਬੀਰ ਨੂੰ ਵੀ ਘੇਰਾਂਗੇ, ਘੇਰੀ ਜਾਂਦੇ ਆ। ਕਿੱਥੇ ਲੋਕ ਇਹਨਾਂ ਦਾ ਮਾਣ ਸਤਿਕਾਰ ਐਡਾ ਸੀ, ਸੈਲਫੀਆਂ ਖਿੱਚਦੇ ਸੀ ਇਹਨਾਂ ਨਾਲ, ਕਿੱਥੇ ਅੱਜ ਲੋਕ ਸਾਹਮਣੇ ਹੋ ਪੁੱਛਦੇ ਵੀ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਤਲੋ, ਦੱਸੋ ਕਿੱਥੇ ਹੋ ਤੁਸੀਂ? ਕਿੱਥੇ ਕਿਸਾਨ ਖੁਦਕੁਸ਼ੀ ਕਰਕੇ ਕਿਉਂ ਨਹੀਂ ਦਿੱਤਾ? 600 ਬੰਦਾ ਸਾਡਾ ਸ਼ਹੀਦ ਹੋ ਗਿਆ ਅਤੇ ਅੱਜ ਖੁੱਡਾਂ 'ਚੋਂ ਨਿਕਲੇ ਵੋਟਾਂ ਲੈਣ ਵਾਸਤੇ, ਇਹ ਕੀ ਦੁੱਖ ਹੈ ਇਹਨਾਂ ਨੂੰ? ਸਾਡੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ, ਦਿੱਲੀ ਬਹਿਣ ਨੂੰ ਮਜਬੂਰ ਕਰਤਾ, ਸਾਡੀਆਂ ਧੀਆਂ ਭੈਣਾਂ, ਮੁਟਿਆਰਾਂ ਕੁੜੀਆਂ ਬੈਠੀਆਂ ਉੱਥੇ, ਸਾਡੀਆਂ ਬਜ਼ੁਰਗ ਮਾਤਾ ਬੈਠੀਆਂ, ਸਾਡੇ ਬਜ਼ੁਰਗ ਪਿਤਾ ਬੈਠੇ ਆ ਉੱਥੇ, ਭਰਾ ਬੈਠੇ, ਚਿੱਟੇ ਵਰਗੇ ਦੋਸ਼ ਲੱਗੇ ਤੁਹਾਡੇ ਮਾਧਿਅਮ ਰਾਹੀਂ ਪੁੱਛਦਾ। ਮਨਪ੍ਰੀਤ ਬਾਦਲ ਦਾ ਬਿਆਨ ਆਈ ਜਾਂਦਾ ਵੀ ਬਾਦਲ ਪਿੰਡ 'ਚ ਬੜੇ ਆਖੇ, ਮੈਂ ਦੁੱਖ ਨਾਲ ਬਾਦਲ ਪਿੰਡ 'ਚ ਚਿੱਟਾ ਵਿਕੀ ਜਾਂਦਾ। ਕੀ ਇੰਨੀ ਵੀ ਜ਼ਰੂਰਤ ਨਹੀਂ ਇਹਨਾਂ ਦੀ? ਐਡੇ ਐਡੇ ਲੀਡਰ ਹੈ ਜਿਹੜੇ ਸਟੇਟ ਦੇ ਮਾਲਕ ਹੈ ਵੀ ਆਪਦੇ ਪਿੰਡ 'ਚੋਂ ਨਸ਼ਾ ਵਿਕਣੋਂ ਹਟਾ ਦੇਣ, ਕਿਹੜੇ ਮੂੰਹ ਨਾਲ ਲੋਕਾਂ ਨਾਲ ਦਾਅਵੇ ਕਰਦੇ ਵੇ, ਤਾਲਵੇ ਨੂੰ ਜੀਵ ਲਾਲਾ ਛੱਡੀ ਜਾਂਦੇ। ਮੈਂ ਗੱਪ ਦਾ ਕੀ ਆ ਬਾਈ, ਇੱਥੇ ਮੈਂ ਮਾਰੀ ਜਾਂਦਾ, ਮੈਂ ਐਂ ਕਰ ਦੂੰ, ਕਰੂੰ ਕਿੱਥੋਂ? ਵਸੀਲੇ ਕਿਹੜੇ ਆ? ਸਾਰੇ ਸੈਕਟਰ ਵੇਚਤੇ, ਸਾਰੀ ਪ੍ਰਾਈਵੇਟੇਸ਼ਨ ਆ ਗਈ। ਵੇਖੋ ਲੋਕ ਆਖ ਦਿੰਦੇ ਪ੍ਰਾਈਵੇਟ ਬੈਂਕ ਚੰਗੇ ਆ ਜਾਂ ਕਿਵੇਂ, 8,000 ਰੁਪਇਆ ਖਰਚਾ ਪਈ ਜਾਂਦਾ ਆਪਣੀਆਂ ਲਿਮਟਾਂ ਨੂੰ ਪ੍ਰਾਈਵੇਟ ਬੈਂਕਾਂ 'ਚ, ਮਜਬੂਰੀ ਬਸ ਲੋਕਾਂ ਨੂੰ ਬਣਾਉਣੀਆਂ ਪੈਂਦੀਆਂ। ਸਕੂਲ ਪ੍ਰਾਈਵੇਟ ਹੋਏ, ਲੋਕਾਂ ਦਾ ਸ਼ੋਸ਼ਣ ਹੋਇਆ, ਬੱਸਾਂ ਪ੍ਰਾਈਵੇਟ ਹੋਈਆਂ, ਲੋਕਾਂ ਦਾ ਸ਼ੋਸ਼ਣ ਹੋਇਆ, ਜਿੱਥੇ ਜਿੱਥੇ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਹੋਏ, ਲੋਕਾਂ ਦੀਆਂ ਝੰਗੇੜਾਂ ਕਢਾ ਦੀਆਂ ਕਰੋਨਾ 'ਚ, ਡਾਕਟਰਾਂ ਨੇ ਘਰ ਭਰ ਲਏ ਕਰੋਨਾ ਦੇ ਨਾਂ 'ਤੇ, ਲੁੱਟਿਆ ਗੁੱਟਿਆ ਗਿਆ। ਜਿਹੜੀ ਸਰਕਾਰ ਆਕਸੀਜਨ ਦਾ ਪ੍ਰਬੰਧ ਨਹੀਂ, ਉਵੇਂ ਕੈਪਟਨ ਮਾਰੀ ਜਾਂਦਾ ਗੱਪ, ਕੋਈ ਪ੍ਰਬੰਧ ਨਹੀਂ, 0% ਹੈ। ਉਹੀ ਕਚਹਿਰੀਆਂ 'ਚ, ਤਹਿਸੀਲਾਂ 'ਚ ਦਾਣਾ ਮੰਡੀਆਂ, ਸਾਡੀ ਲੁੱਟ ਖਸੁੱਟ ਜਾਰੀ ਹੈ। ਉਹੀ ਪਟਵਾਰੀ ਖਰਾਬੇ ਦੇ ਪੈਸੇ ਲਿਖਦਾ ਹੈ। ਇਹ ਮੌਜੂਦਾ MP ਹੈ ਸੁਖਬੀਰ ਬਾਦਲ, ਜਲਾਲਾਬਾਦ ਤੋਂ, ਫਾਜ਼ਿਲਕਾ ਤੋਂ ਦੂਜਾ ਏਰੀਆ ਇਹਦੇ ਕੋਲ ਸੀ, ਉੱਥੇ ਨਰਮਾ ਮਰਿਆ। ਲੰਬੀ 'ਚ ਬਾਦਲ ਸਾਹਿਬ ਵੱਡੇ MLA ਹੈ ਮੌਜੂਦਾ, ਉੱਥੇ ਸਾਡਾ ਨਰਮਾ ਮਰਿਆ। ਕੋਈ ਖਰਾਬਾਂ ਨਹੀਂ, ਕਿਸੇ ਨੂੰ ਕੁਛ ਨਹੀਂ। ਜੇ ਪੰਜਾਬ ਦੀ ਪੈਰਵੀ ਕੀਤੀ ਹੁੰਦੀ ਜਦੋਂ ਦੇ ਕਾਨੂੰਨ ਆਏ ਸੀਗੇ, ਉਦੋਂ ਪਿੜਦੇ, ਉਦੋਂ ਉਹਨਾਂ ਨੂੰ ਪਾਸ ਹੋਣ ਤੋਂ ਰੋਕਦੇ। ਇਹ ਹੋ ਸਕਦਾ ਵੀ ਇੱਕ ਮੰਤਰੀ ਹੋਵੇ ਸੈਂਟਰ ਸਰਕਾਰ 'ਚ ਅਤੇ ਉਹਨੂੰ ਪਤਾ ਨਾ ਹੋਵੇ?
आदे जी असी अस्तीफा देता, अस्तीफा ये जून दे चले आ कानून, अस्तीफा हुण दिता। इस करके लोगों जवाब दे आ, गमराह नहीं होणगे पिया, लोगों की नुमाइंदगी करनी है, लोगों के सवालों का जवाब देना पेगा, लोगों कुछ ना कुछ सहूलतें देनिया पैनगियां, कल्ले गल्लां दे कड़ा नाल ना कोई रज्जे ना रज्जे। इन्हां ही बेनतियां सारिआं नूं, सति श्री अकाल, वाहिगुरू जी का खालसा, वाहिगुरू जी की फतह। कल इन्हां ने साडे नाल थोड़ी जी की वड्डी ठगी मारी, प्रशासन भी बच्चों शमूलीयत ते जिहड़े लीडर लोग ने भी, इन्हां ने जदों बाहरों कमेंटमेंट की उदों पत्रकार अंदर ले जाण की गल कही थी, भी असीं पत्रकारां नाल ओपनली गलबात करांगे, असीं सवाल जवाब करने, विरोध साडा इस गल दा ही। इन्हां ने उत्थों प्रेस नूं बाहर कढ़ता, आपदे मोबाइल ते साडे एक आगू जनरल सकत्तर की जिहड़ी फोटो बना के फतेह सारे लोग हाथ जोड़ के बुलाते, मम्मी फतेह हाथ जोड़ के, उन्होंने गलत इस्तेमाल किया गया, असीं उहदा भी राज जवाब दिता लाइव हो के, तुहाडे माध्यम रहे वी कहिंदे आ भी जेकर सरकार ने अज्ज उह गल्लबात मुख्यमंत्री साबका नहीं करता साडे नाल लोगों के विच आ के, तो असीं बिल्कुल गलबात नहीं करांगे, जे लोगों की गल लोगों के विच रखांगे, जे उह आपदे सवालों जवाबों तों भजदा है तो मैं समझदा भी और वो किसानों की जित तो उन्होंने हार, अगे जो ये लीडर आते ना तो लोग सड़क छड़ जाते थे, हूँ लोग सड़कते होंगे तो लीडर सड़क छड़ जाते। मैं कहना भी साढ़े जिस अंदोलन ने जोड़ा अभी विंडिया, इन्हें किसानों की बहुत वीड्डी जित प्राप्त की। बयान दिया मैं सारिया पार्टियों से यह पूछना चाहना, भावें अकाली दल कांग जो भी असं विरोध करते हैं वो आखते हैं अकाली दल वाले कांग्रेस, मैंने एक भी लीडर दस दे, मेरे पिता की मौत हुई पिछले 2 महीने, मेरे घर कोई लीडर मेरे घर सोग त आया किसी ना मेरा राबता हो, मैनू कोई बंदा मेरी 20 साल की फोटो पुरानी कट के लै आए, मैं फिर भी तेरे माध्यम राही जवाब दूंगा। वो झूठ भाई बोलते हैं, दवाई साढ़े पल्यों चलती है, फिर तुम सानू किमें रोटी खवाते हो, ये झूठ ना मारो, तो उन्होंने कोई जवाब नहीं। अकाली दल वालों कल सुखबीर सिंह वालों बयान दिता गया कि यह तमाशबीन ने, कांग्रेस या आम आदमी पार्टी के बंदे ने, किसान नहीं, तुसी वेख्या होना, वेखो जी घबराए हुए है, इन्हों कहो जे मान लो अकाली रैली करते तो कहते कांग्रेसी है, जे कांग्रेस ही रैली करते असं विरोध करिए तो कहते अकाली है, ये अकाली कांग्रेस ही खेड़ खेडी जाते हैं, सिर्फ मीडिया च झूठ बोलते हैं, गभरू चोरी के पुत गभरू नहीं होंगे, वह तो सामने आते हैं, जेड़े अज झूठ बोल रहे ना साडा तो विरोध ही दूजे कर रहे हैं। इन्हों पुछांगे जो पिंडां च साडियां रूड़ियां, तो इन्हों सवाल ठल ठल के पूछे असी पिंडां दे विच भी जेड़े अकाली दल वाले है वो जिहड़ा वो चोण मैनीफेस्टो लिया MP वाला जिहड़ा मोदी साहब ने जारी किया भी आमदन दुगनी करांगे, तो उन्होंने आर्डिनेंस लिया के खोण की गल की है, तो जिहड़े अकाली कांग्रेस वाले वो कहिंदे सी घर घर नौकरी समुचा करजा खत्म, कि घर घर नौकरी मिल गई समुचा करजा खत्म हो गया, कि BJP ने समुचा करदा खत्म करता, कुछ नहीं होया। इन्होंने फराड अकाली दल ने एक भी किया भी असी जिहड़ा हैगा असी जिहड़ा हैगा श्रोमणी जिहड़ी श्रोमणी स्वामीनाथन की रिपोर्ट आ वो लागू करती, कोई नहीं सारा फराड है, सब पे पैर से झूठ मारते हैं, झूठ दिया बहुता चिर समा चलता नहीं, एक झूठ वा छुपाने वास्ते 100 होर मारना पैंदा, इस चाल दे विच फसे हुए हैं सारियां पार्टियां, बस झूठ से झूठ मारी जांदियां। सो बेनती है ये जिन्हें मर्जी झूठ मार लैन, हुण जित सच दी होगी, लोग जाग चुके आ, आपदे हक लैणगे, 70 सालों के जिहड़े लुट्टे लोग आ लताड़े लोग आ अज किसान अंदोलन ने खड़े किए हैं, तो इन्हां नूं हर मोड़ ते सवाल पुछदे रहणगे भी 70 सालों के विच तुसी किमें सारा कुछ कोपरेट के हाथों देता, किमें साडा बिजली बोर्ड कोपरेट के हाथों गया, किमें साडा जिहड़ा रोड कोपरेट के हाथों गए, किमें साडे सरकारी जिहड़े हस्पताल सी हेल्थ वाले सी उन्हां च स्टाफ है नहीं, तो प्राइवेट किमें होया, किमें स्कूल प्राइवेट अपग्रेड होए आ, यह सारा कुछ जिहड़ा लोग पुछणगे आने वाले दिनों, ये तो चोणों का माहौल बना के साडे अंदोलन ठेस पहुँचाउणी चाहुंदे आ, अंदोलन च घट घट करना चाहुंदे आ, असल दे विच चाहे वह कांग्रेसी आ, चाहे वह BJP वाले आ, चाहे अकाली दल वाले आ, उन्हां दा इक्को निशाना किसानां नूं अंदोलन चों उठाउणा, उन्हां नूं हराउणा, पर किसान मजदूर मेहनत कश लोगों का इक्को फैसला भी ये अंदोलन जित के असी आने वाली नसल का जिहड़ा आपदी नसल आ उहदी किस्मत लिखनी आ, ते जिहड़ी पूरी दुनिया उहनूं मेहनत कश लोगों नूं कट्ठे करके कोपरेट के खिलाफ लड़न वास्ते तैयार। मेडिकॉम आयुर्वेदिक सेंटर, यहाँ पर आपको मिलेगा अपनी हर मुश्किल का हल, जैसे कि मर्दाना कमजोरी, औरतों और मर्दों के गुप्त रोग, बेऔलाद, फालतू चर्बी और बढ़ा हुआ पेट घटाएं, बवासीर, यहाँ पर मिलेंगी हर प्रकार की आयुर्वेदिक दवाइयाँ। मेडिकॉम आयुर्वेदिक सेंटर, दीप कॉम्प्लेक्स, ऑपोजिट द्वाबा ऑटो, कचहरी रोड, अमृतसर। रोजाना मिले सुबह 11 से शाम 6 बजे तक। फोन नंबर 9592242673।